ਵਿੱਚ ਇਹਨਾਂ ਨੇ ਨਕਲੀ ਇੱਕ ਥੜਾ ਸਾਹਿਬ ਬਣਾਇਆ। ਥੜਾ ਸਾਹਿਬ ਦੇ ਵਿੱਚ ਨਿਸ਼ਾਨ ਸਾਹਿਬ ਉੱਪਰੋਂ ਗੱਡਿਆ ਹੋਇਆ ਸੀ, ਪਰ ਉਹ ਇਸ ਟਾਈਮ ਜਿਹੜੇ ਸਿੰਘ ਉਹ ਲੈ ਜਾ ਚੁੱਕੇ ਹਨ। ਇਹ ਨਕਲੀ ਇੱਕ ਇਹਨਾਂ ਨੇ ਗੁਰੂ ਘਰ ਬਣਾਇਆ ਅਤੇ ਨਕਲੀ ਇੱਥੇ ਜਿਹੜੇ ਸਿੰਘ ਲਿਆ ਕੇ ਇਹਨਾਂ ਵੱਲੋਂ ਆਨੰਦ ਕਾਰਜ ਵਗੈਰਾ ਦੀਆਂ ਰਸਮਾਂ ਕੀਤੀਆਂ ਜਾ ਰਹੀਆਂ ਸਨ। ਇਹ ਤੁਸੀਂ ਦੇਖ ਸਕਦੇ ਹੋ, ਇੱਥੇ ਇਹ ਵਿਆਹ ਦਾ ਇੱਕ ਸ਼ੂਟ ਹੋ ਰਿਹਾ ਸੀ। ਅਤੇ ਨਾ ਨਕਲੀ ਵਿਆਹ ਕਰਵਾਏ ਜਾ ਰਹੇ ਆ, ਨਕਲੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਣਾ ਕੇ ਇੱਕ ਨਕਲੀ ਗ੍ਰੰਥੀ ਲਿਆਉਂਦਾ ਇਹਨਾਂ ਨੇ 1000 ਰੁਪਏ ਦਿਹਾੜੀ ਪਰ। ਹੈਂ, ਸਾਡੇ ਹੀ ਬੰਦੇ ਲੱਗ ਗਏ ਵਿਕਣ 1000-1000 ਪਰ। ਆਪਣੇ ਗੁਰੂ ਦਾ ਨਹੀਂ ਦੇਖ ਰਹੇ ਵੀ ਅਸੀਂ, ਸਾਡੇ ਗੁਰੂ ਦੀ ਬੇਅਦਬੀ ਹੋ ਰਹੀ ਆ। ਹੈਂ, ਅੱਗੇ ਖੜ੍ਹੇ ਕੌਣ? ਅੱਗੇ ਸਿੰਘ ਸਰਦਾਰ, ਉਹ ਡਿਊਟੀ ਵਾਲੇ ਖੜ੍ਹੇ ਆ, ਮੂਹਰੇ ਸਿਕਿਉਰਟੀ ਵਾਲੇ, ਸਕਿਉਰਟੀ ਆਫਿਸਰ, ਉਹ ਵੀ ਸਿੰਘ ਸਰਦਾਰ ਕਰੋ ਜੀ ਉਹਦੇ ਸਾਹਮਣੇ। ਹਾਂਜੀ, ਇਹ ਜਿਹੜਾ ਚੋਰ ਸਾਹਿਬ ਹੈ ਵੀ ਤੁਸੀਂ ਦੇਖ ਸਕਦੇ ਹੋ, ਉਸੇ ਕਰ ਰਹੇ ਸੀ ਉਹ ਨਕਲੀ ਗੁਰੂ ਗ੍ਰੰਥ ਸਾਹਿਬ ਬਣਾ ਕੇ ਉਹਦੇ ਪਰ ਲੱਗੇ ਸੀ ਕਰਨਾ। ਕਿੰਨੇ ਬੰਦੇ ਤੁਸੀਂ ਮੌਕੇ 'ਤੇ ਜਿਹੜੇ ਦੇਖੇ ਸੀ ਇੱਥੇ, ਕਿੰਨੇ ਬੰਦੇ ਸੀ? ਸਾਡੇ ਕੋਲ ਵੀਡੀਓ ਹੈਗੀ, ਮੈਂ ਬਾਅਦ 'ਚ ਦਿਖਾਉਂਦਾ ਜੀ ਤੁਹਾਨੂੰ, ਠੀਕ ਸਭ ਕੁਝ ਸਬੂਤ ਆਪਣੇ। ਹਾਂਜੀ ਬਾਬਾ ਜੀ, ਕੀ ਭਰੋਸਾ ਦਿੱਤਾ ਪੁਲਿਸ ਨੇ ਤੁਹਾਨੂੰ? ਸਾਨੂੰ ਵਾਹਿਗੁਰੂ ਜੀ ਦਾ ਖਾਲਸਾ ਹੋਇਆ ਜੀ, ਸਾਨੂੰ ਪ੍ਰਸ਼ਾਸਨ ਨੇ ਇਹ ਭਰੋਸਾ ਦਿੱਤਾ ਹੈ। ਕਹਿੰਦੇ ਵੀ ਜੋ ਉਹਨਾਂ ਦਾ ਮੈਨੇਜਮੈਂਟ ਹੈ, ਜੋ ਵੀ ਉਹਦਾ ਡਾਇਰੈਕਟਰ ਉਸ ਜਗ੍ਹਾ ਦਾ, ਵੀ ਉਹਨੂੰ ਅਸੀਂ ਬੁਲਾਵਾਂਗੇ। ਸਾਡੇ ਉਹਨਾਂ ਨੇ ਨਾਮ ਨੰਬਰ ਲਿਖ ਲਏ ਆ, ਵੀ ਅਸੀਂ ਤੁਹਾਨੂੰ ਇੱਥੇ ਬੁਲਾਵਾਂਗੇ। ਉਸ ਤੋਂ ਬਾਅਦ ਜੋ ਵੀ ਬਣਦਾ ਕਾਰਵਾਈ ਹੋਊਗੀ ਉਹ ਕੀਤੀ ਜਾਊਗੀ। ਅੱਛਾ, ਹਾਂਜੀ, ਕੀ ਪ੍ਰੋਬਲਮ ਵੀ ਇਹੀ ਤਾਂ ਕਦੋਂ ਦਾ ਟਾਈਮ ਦਿੱਤਾ ਉਹਨਾਂ ਨੇ? ਉਹ ਕਹਿੰਦੇ ਵੀ ਸ਼ਾਮ ਨੂੰ, ਅਗਰ ਸ਼ਾਮ ਨੂੰ ਹੋਇਆ ਤਾਂ ਸ਼ਾਮ ਨੂੰ, ਨਹੀਂ ਤਾਂ ਸਵੇਰੇ ਤੁਹਾਨੂੰ ਬੁਲਾਇਆ ਜਾਊਗਾ ਜੀ। ਕੀ ਕਾਰਵਾਈ ਦੀ ਮੰਗ ਕਰਦੇ ਆਪਾਂ? ਅਸੀਂ ਕਾਰਵਾਈ ਇਹਨਾਂ 'ਤੇ ਪਰਚਾ ਕਰਾਉਣਾ ਜੀ, ਇਹੋ ਜਿਹੇ ਕਾਰਜ ਕੱਲ੍ਹ ਨੂੰ ਫੇਰ ਕਰਨਗੇ ਅਸੀਂ ਉਹ ਜਗ੍ਹਾ 'ਤੇ ਘੋੜੇ ਬੰਨ ਦੇਣੇ ਆ। ਪਰਚਾ ਕਿਤੇ ਕਰਾਉਣਾ ਜੀ? ਜਿਹੜਾ ਵੀ ਉੱਥੇ ਜੋ ਵੀ ਨਾ ਮੇਨ ਡਾਇਰੈਕਟਰ ਆ ਜੀ, ਜਿਹੜਾ ਮੇਨ ਮੈਨੇਜਮੈਂਟ ਡਾਇਰੈਕਟਰ ਆ, ਉਹਦੇ ਪਰਚਾ ਕਰਾਉਣਾ ਸੀ। ਤਿੰਨੇ ਜਣੇ ਦੱਸੇ ਆ ਰਹੇ ਆ, ਸ਼ਹੀਦਗੜ੍ਹ ਦਾ ਜੀ। ਰੀਸੈਂਟਲੀ ਸਾਡੇ ਧਿਆਨ 'ਚ ਆਇਆ ਕਿ ਇੱਥੇ ਲੋਕਲ ਏਰੀਏ 'ਚ ਕਿਸੇ ਜਗ੍ਹਾ ਕਿਸੇ ਨਾਟਕ ਦੀ ਸ਼ੂਟਿੰਗ ਚੱਲ ਰਹੀ ਸੀਗੀ, ਅਤੇ ਉੱਥੇ ਕੁਛ ਵਿਅਕਤੀਆਂ ਵੱਲੋਂ, ਜਿਸ ਵਿੱਚ ਕੁਛ ਨਿਹੰਗ ਸਿੰਘ ਵੀ ਹਾਜ਼ਰ ਸਨ, ਉਹਨਾਂ ਵੱਲੋਂ ਉੱਥੇ ਵਿਰੋਧ ਜਤਾਇਆ ਗਿਆ ਕਿ ਜਿਹੜਾ ਹੈਗਾ ਉੱਥੇ ਆਨੰਦ ਕਾਰਜ ਹੋ ਰਹੇ ਨੇ ਅਤੇ ਮਾਣ ਮਰਿਆਦਾ ਦੀ ਜਿਹੜੀ ਆ ਉਹ ਉਹਨਾਂ ਨੂੰ ਮਾਣ ਮਰਿਆਦਾ ਭੰਗ ਹੋ ਰਹੀ ਹੈ। ਉਸ ਦੇ ਸੰਬੰਧ ਦੇ ਵਿੱਚ ਉਹਨਾਂ ਦੋਨਾਂ ਪਾਰਟੀਆਂ ਦਾ ਉੱਥੇ ਜਿਹੜਾ ਆਪਸ ਥੋੜ੍ਹੀ ਬਹੁਤ ਅਣਬਣ ਹੋਈ, ਉਸ ਤੋਂ ਬਾਅਦ ਅਸੀਂ ਥਾਣੇ ਨੂੰ ਜਾ ਕੇ ਇੱਥੇ ਦੋਨਾਂ ਪਾਰਟੀ ਜਿੱਥੇ ਆ ਗਈਆਂ ਦੋਨਾਂ ਦੀ ਅਸੀਂ ਗੱਲਬਾਤ ਸੁਣੀ। ਗੱਲਬਾਤ ਸੁਣ ਕੇ ਦੋਨਾਂ ਦੀਆਂ ਆਪਦੀਆਂ ਜਿਹੜੀਆਂ ਉਹਨਾਂ ਦੀਆਂ ਤਰਕਾਂ ਸੀਗੀਆਂ ਉਹ ਸੁਣ ਕੇ ਸਮਝ ਕੇ, ਅਤੇ ਉਹਦੇ ਵਿੱਚ ਇਹੀ ਜਿਹੜਾ ਡਿਸਾਈਡ ਹੋਇਆ ਕਿ ਜਿਹੜੇ ਉੱਥੇ ਪ੍ਰੋਡਕਸ਼ਨ ਵਾਲੇ ਸੀਗੇ ਉਹਨਾਂ ਨੇ ਬੇਸਿਕਲੀ ਜੋ ਹੈਗਾ ਉਹ ਵੀ ਆਪਦੇ ਤੌਰ 'ਤੇ ਅਥੋਰੀਟੇਟਿਵ ਤੌਰ 'ਤੇ ਅਕਾਲ ਤਖ਼ਤ ਸਾਹਿਬ ਤੋਂ ਜਾਂ ਹੋਰ ਆਪਣਾ SGPC ਤੋਂ ਇਸ ਚੀਜ਼ ਦੀ ਕਲੈਰੀਫਿਕੇਸ਼ਨ ਲੈ ਲੈਣਗੇ ਕਿ ਇਸ ਦਾ ਕਿਸ ਤਰੀਕੇ ਨਾਲ ਇਹ ਸਾਰੀ ਚੀਜ਼ ਜਿਹੜੀ ਆਪਾਂ ਕਰ ਸਕਦੇ ਹਾਂ। ਅਤੇ ਜਿਹੜੇ ਵਿਅਕਤੀ ਉੱਥੇ ਗਏ ਸਨ ਉਹਨਾਂ ਨੂੰ ਵੀ ਅਸੀਂ ਦੇਖੋ ਉਹਨਾਂ ਨੇ ਵੀ ਆਪਣੀ ਉਸ ਚੀਜ਼ ਨੂੰ ਮੰਨਿਆ ਕਿ ਇੱਕ ਸਹੀ ਜਾਬਤੇ ਦੇ ਅਨੁਸਾਰ ਪ੍ਰਸ਼ਾਸਨ ਦੇ ਧਿਆਨ 'ਚ ਲਿਆ ਕੇ ਜੋ ਅਜਿਹੀ ਚੀਜ਼ ਨੂੰ ਅਗਰ ਕੋਈ ਇਤਰਾਜ਼ਯੋਗ ਚੀਜ਼ ਕਿਸੇ ਨੂੰ ਲੱਗਦੀ ਵੀ ਹੈ ਤਾਂ ਉਹਨੂੰ ਪ੍ਰੋਪਰ ਪ੍ਰੋਸੀਜਰ ਫੋਲੋ ਕਰਕੇ ਜਿਹੜਾ ਉਹ ਆਪਣਾ ਆਪਦੀ ਕਾਰਵਾਈ ਕਰ ਸਕਦੇ ਨੇ। ਦੇਖੋ ਜੀ, ਉਹ ਚੀਜ਼ ਸਾਰੀ ਵੈਰੀਫਾਈ ਕਰ ਰਹੇ ਹਾਂ, ਉੱਥੇ CCTV ਕੈਮਰਾਜ ਲੱਗੇ ਨੇ, ਅਸੀਂ CCTV ਕੈਮਰਾਜ ਦੀ ਫੁਟੇਜ ਦੇਖ ਕੇ ਅਤੇ ਉਹਦੇ ਅਕੋਰਡਿੰਗਲੀ ਜੋ ਵੀ ਹੋਇਆ ਉਹ ਚੀਜ਼ ਵੈਰੀਫਾਈ ਕਰ ਲਾਂਗੇ। ਕੋਈ ਕੈਮਰਿਆਂ ਦੀ ਭੰਨ ਤੋੜ, ਕੋਈ ਹੋਰ ਕੋਈ? ਦੇਖੋ, ਆਹ 2-3 ਚੀਜ਼ਾਂ ਹੈਗੀਆਂ ਨੇ, ਕੁਛ ਉਹਨਾਂ ਨੇ ਇਲਜ਼ਾਮ ਲਾਏ ਨੇ ਕਿ ਸਾਡੇ ਨਾਲ ਬਦਸਲੂਕੀ ਕੀਤੀ ਆ ਜਾਂ ਸਾਡੀ ਕੋਈ ਭੰਨ ਤੋੜ ਕੀਤੀ ਆ, ਪਰੰਤੂ ਜਿਹੜੇ ਬੰਦੇ ਵਿਰੋਧ ਕਰਨ ਗਏ ਸੀ ਉਹਨਾਂ ਨੇ ਇਸ ਚੀਜ਼ ਤੋਂ ਬਿਲਕੁਲ ਇਨਕਾਰ ਕੀਤਾ। ਅਤੇ ਇਸ ਨਾਲ ਮੈਂ ਤਾਂ ਤੁਹਾਡੇ ਮੁੱਦੇ ਰਾਹੀਂ ਇਹੀ ਕਹਿਣਾ ਚਾਹੂੰਗਾ ਕਿ ਕੋਈ ਵੀ ਬੰਦਾ ਆਪਣੇ ਹੱਥ 'ਚ ਕਾਨੂੰਨ ਨਾ ਲਵੇ। ਅਗਰ ਕਿਸੇ ਨੂੰ ਕੋਈ ਲੱਗਦਾ ਕਿ ਕਿਤੇ ਕਾਨੂੰਨੀ ਉਲੰਘਣਾ ਹੋ ਰਹੀ ਆ ਜਾਂ ਈਵਨ ਧਾਰਮਿਕ ਮਸਲਿਆਂ ਦੀ ਵੀ ਕੋਈ ਗੱਲ ਆ, ਤਾਂ ਉਹ ਪ੍ਰਸ਼ਾਸਨ ਦੇ ਧਿਆਨ 'ਚ ਲਿਆ ਕੇ ਆਪਦੀ ਯੋਗ ਕਾਰਵਾਈ ਆ ਜਿਹੜੀ ਉਹ ਕਾਨੂੰਨੀ ਤੌਰ 'ਤੇ ਕਰਵਾਏ, ਨਾ ਕਿ ਆਪਣੇ ਆਪ ਜਿਹੜੀ ਇਹ ਕਾਨੂੰਨ ਹੱਥ 'ਚ ਲਵੇ ਜਿਹਦੇ ਨਾਲ ਕੋਈ ਗੱਲ ਵੱਧ ਕੇ ਜਿਹੜਾ ਅਨਟਵਰਡ ਇੰਸੀਡੈਂਟ ਹੋ ਸਕਦਾ।
ਦੇਖੋ ਜੀ ਗੱਲ ਚੱਲ ਰਹੀ ਹੈ ਦੋਨਾਂ ਨਾਲ, ਦੋਨਾਂ ਨੂੰ ਆਪਸ 'ਚ ਅਸੀਂ ਬਿਠਾ ਕੇ, ਕਿਉਂਕਿ ਜਿਵੇਂ ਮੈਂ ਤੁਹਾਨੂੰ ਦੱਸਿਆ ਉਹ ਕਹਿ ਰਹੇ, ਇੱਕ ਪਾਰਟੀ ਕਹਿ ਰਹੀ ਸੀ ਕਿ ਉੱਥੇ ਇੱਕ ਦੋ ਜਣਿਆਂ ਨੇ ਕੋਈ ਬਦਸਲੂਕੀ ਕੀਤੀ ਆ, ਪਰ ਦੂਸਰੀ ਪਾਰਟੀ ਕਹਿ ਰਹੀ ਸੀਗੀ ਕਿ ਅਜਿਹੀ ਕੋਈ ਗੱਲ ਨਹੀਂ ਹੋਈ, ਅਸੀਂ ਸਿਰਫ ਗੱਲਬਾਤ ਕਰਨ ਉੱਥੇ ਗਏ ਸੀਗੇ, ਸਾਡੇ ਵੱਲੋਂ ਕਿਸੇ ਨਾਲ ਵੀ ਮਾਰਕੁੱਟ ਨਹੀਂ ਕੀਤੀ ਗਈ। ਅਸੀਂ CCTV ਕੈਮਰਾਜ਼ ਚੈੱਕ ਕਰ ਰਹੇ ਹਾਂ, ਚੈੱਕ ਕਰਕੇ ਜੋ ਵੀ ਅਪਰੋਪ੍ਰੀਏਟ ਹੋਇਆ ਉਹ ਕਰਦਾ। ਅਗਰ ਕੋਈ ਦੋਸ਼ੀ ਪਾਇਆ ਜਾਂਦਾ ਤਾਂ ਕਾਰਵਾਈ ਹੋਊਗੀ? ਬਿਲਕੁਲ ਹੋਊਗੀ ਜੀ, ਕਾਰਵਾਈ ਲਾਜ਼ਮੀ ਕਾਰਵਾਈ ਹੋਊਗੀ ਅਗਰ ਕੋਈ ਵੀ ਕਿਸੇ ਦੋਨਾਂ ਪਾਰਟੀਆਂ 'ਚੋਂ ਕੋਈ ਵੀ ਦੋਸ਼ੀ ਪਾਇਆ ਜਾਂਦਾ। Subscribe to One India channel and never miss an update.